ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਯੂਟਿਊਬ ਚੈਨਲ ਢਿੱਲੋਂ ਡੈਅਰੀ ਫਾਰਮ ਬਰਨਾਲਾ ਦੇ ਵਿੱਚ। ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਯੂਟਿਊਬ ਚੈਨਲ 'ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ, ਉਹਨਾਂ ਨੂੰ ਰਿਕੁਐਸਟ ਆ ਕਿ ਆਪਣੇ ਯੂਟਿਊਬ ਚੈਨਲ ਜੋ ਸਬਸਕ੍ਰਾਈਬ ਕਰ ਲਿਓ। ਸੋ ਕਿਸੇ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 84270 1917। ਸੋ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਬੇੜਾ ਦਿਖਾਵਾਂਗੇ, ਗੱਭਣਾ ਸੂ ਨੂੰ ਰੈਡੀ ਆ ਅਤੇ ਦੋ ਹੈਗੇ ਤਾਜ਼ਾ ਸੂਈਆਂ ਬੱਚੇ ਸਮੇਤ ਆ। ਡਿਟੇਲ ਵੀਰ ਤੋਂ ਪੁੱਛਦੇ ਇਹਨਾਂ ਬਾਰੇ, ਆਓ ਅੱਗੇ ਕਰੀਏ ਗੱਲਬਾਤ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਵੀਰੇ ਨਾਮ ਐਡਰੈਸ ਦੱਸਿਓ ਆਪਣਾ। ਨਾਮ ਫਰਿੰਦਰ ਸਿੰਘ ਜੀ, ਪਿੰਡ ਦੀਪਗੜ੍ਹ, ਜ਼ਿਲ੍ਹਾ ਬਰਨਾਲਾ। ਮੋਬਾਈਲ ਨੰਬਰ ਜੀ ਆਪਣਾ 98-763-2660। 98-763-2660। ਪਹਿਲਾ ਨੰਬਰ ਜਿਹੜੀ ਬੈਠ ਗੱਬਣ ਦੇਖੀ ਜਾਂਦੇ ਬਾਈ ਜੀ, ਸੂਆ ਕਿਹੜਾ ਸੁਣਦੀ ਆ? ਇਹ ਦੂਜਾ ਸੂਆ ਸੁਣਦੀ ਆ ਵੀਰੇ, ਹਜੇ ਕੰਨੀਆਂ ਬਰਾਬਰ। ਜੈਨੂਅਨ ਦੂਜਾ ਸੂਆ? ਜੈਨੂਅਨ। ਅਤੇ ਕਿੰਨੇ ਦਿਨ ਲੈ ਜੂਗੀ ਸੁਣਦੀ ਆ ਜੀ? ਦਿਨ ਲੈ ਜੂ ਵੀਰੇ, ਹਜੇ 5-6 ਦਿਨ ਲਈ। 5-6 ਦਿਨ ਸੁਣ 'ਚ ਬਾਕੀ। ਅਤੇ ਪਿਛਲੇ ਸੂਏ ਮਾਲਕਾਂ ਨੇ ਦੁੱਧ ਦੱਸਿਆ ਹੁਣ ਆਪਾਂ ਨੂੰ ਕਿੰਨਾ ਚੋਏਦਾ? ਵੀਰੇ ਪਿਛਲੇ ਸੂਏ ਨੇ 30-24 ਕਿਲੋ ਬਲੂਨ ਨੇ ਦੁੱਧ ਦਿੱਤਾ। ਹੁਣ ਇੱਕ ਹਫ਼ਤਾ ਬਾਕੀ ਆ, ਐਤਕੀ ਅੰਦਾਜ਼ਾ ਲਾ ਸਕੇ ਗਰਮੀ ਦੇ ਹਿਸਾਬ ਨਾਲ ਬੰਦਾ? ਵੀਰੇ 30-24 ਮੰਨ ਕੇ ਲੈ ਲੈ ਭਾਵੇਂ, ਪਰ ਜੱਟ ਸੌਦਾ ਲਾਈਏ ਵੀ 22 ਤੋਂ ਪਾਰ ਵਾਲੀ ਹੈਗੀ ਆ। ਹਾਂ ਬਈ, ਖੁੱਲਾ ਡੁੱਲਾ ਦੁੱਧ। ਰੇਟ ਇਹਦਾ ਕੀ ਹੋਊਗਾ? ਰੇਟ ਜਾਇਜ਼ ਹੋਣਗੇ ਬਾਈ, ਪਰ ਹੋਣਗੇ ਫੋਨ ਬਿਲਕੁਲ ਜਾਇਜ਼ ਹੋਣਗੇ। ਬਿਲਕੁਲ ਜਾਇਜ਼। ਤੇ ਥਣਾ ਵਗੈਰਾ ਦੀ ਓਕੇ ਆ? ਮੈਂ ਕਿਹਾ ਠੰਡੀ ਸੀਲ ਥਣਾ ਦੀ ਗਰੰਟੀ ਆ। ਠੀਕ ਹੈ। ਸੋ ਚਾਰੇ ਥਾਂ ਨਿਕਣਵੇਂ ਸਾਫ਼ ਸੁਥਰੇ ਵਿੱਚੀ ਦੇ ਪੂਰੇ ਸਾਫ਼ ਸੁਥਰੇ, ਰੇਟ ਜੈਨੂਨ ਹੋਊਗਾ। ਦੂਸਰਾ ਸੂਆ ਸੁਣਦੀਆਂ ਕੰਨੀਆਂ ਖੜੀਆਂ ਧੋਰੋ ਬਾਹਰ ਨੂੰ ਜਿਹਨੂੰ। ਸੋ ਫਿਰ ਉਹ ਕੱਦ ਕਾਠ ਵਗੈਰਾ ਬੈਠਦਾ ਦੇਖ ਸਕਦਾ, ਸੋਹਣਾ ਸਾਫ਼ ਸੁਥਰਾ ਰਾਜੀ ਸਮੀ ਪੜੀ ਵੀ ਜੈਨੂਅਨ ਦੂਜਾ ਸੂਆ। ਰੇਟ ਵੀਰ ਕਹਿੰਦਾ ਫੋਨ 'ਤੇ ਕਰਾਂਗੇ, ਬਿਲਕੁਲ ਜਾਇਜ਼ ਹੋਊਗਾ। ਠੀਕ ਹੈ। ਸੋ ਮੂੰਹ ਮੱਥਾ ਫੇਸ ਕੁਆਲਿਟੀ ਵਧੀਆ, ਕੁੱਲ ਮਿਲਾ ਕੇ ਦੇਖੀਏ ਜਿੰਦ ਜਾਣ ਵਾਲੀ ਸਾਫ਼ ਸੁਥਰੀ ਬੈਠ ਆ। ਹਫ਼ਤਾ ਕੁ ਬਾਕੀ ਪਿਆ ਸੂਨ ਦੇ ਵਿੱਚ, ਚੰਗੀ ਜੇਕਰ ਆਪਾਂ ਇਹਦੀ ਕੇਅਰ ਕਰ ਲਾਂਗੇ, ਮੈਨੇਜਮੈਂਟ ਵਗੈਰਾ ਵਧੀਆ ਹੋਊ ਆਪਣਾ, ਤਾਂ ਮੰਨ ਕੇ ਚਲੋ 22 ਲੀਟਰ ਤੋਂ ਚੱਲਣ ਵਾਲੀ ਬੈਠ ਹੈਗੀ, ਇਹਦੂ ਮਰਨੀ ਨਹੀਂ ਕਿਉਂਕਿ ਰਾਜੀ ਆ ਜਿੰਦ ਜਾਣਾ। ਮੇਨ ਗੱਲ ਆਪਾਂ ਦੇਖੀਏ ਬਲੱਡ ਦੇ ਵਿੱਚ ਆ, ਜੈਨੂਅਨ ਦੂਜਾ ਸੂਆ, ਇਹ ਬੈਠ ਸੁਣਦੀ ਪਈ ਆ। ਤੇ ਅੱਗੇ ਬਾਈ ਜੀ ਦੂਜੇ ਨੰਬਰ ਜਿਹੜੀ ਬੈਠ ਦੇਖੀ ਜਾਂਦੇ ਕਰੋਸ ਆਪਾਂ, ਇਹ ਕਿਹੜਾ ਸੂਆ ਸੁਣਦੀ ਆ? ਸੂਆ ਬਾਈ ਇਹਦਾ ਵੀ ਦੂਜੀ ਦੱਸਿਆ। ਠੀਕ ਹੈ, ਝੋਲੀ ਵਾਲੀ ਬੈਠ ਆ ਹਨਾ। ਤੇ ਲੇਵਾ ਰੱਖੂ ਮੇਰੇ ਹਿਸਾਬ ਨਾਲ ਫਿੱਟ ਫਾੜੀ ਜਾਵਾਂ? ਲੇਵਾ ਫਿੱਟ ਰੱਖੂ ਬਾਈ, ਪਰ ਦਿਨ ਵੀ ਲੈ ਜੂ ਦੁੱਧ ਮਾਰ ਕੇ ਕਹਿੰਦੇ ਵੀ 17-18 ਇਹਦਾ ਦਿੱਤਾ ਵਾ। ਠੀਕ ਹੈ। ਠੰਡੀ ਸੀਲ ਦਾ ਕੋਈ ਮੁੱਲ ਨਹੀਂ ਹੈ। ਦਿਨ ਤਾਂ ਹਫ਼ਤੇ ਤੋਂ ਵੀ ਇੱਕ ਦਿਨ ਉੱਪਰ ਲੈ ਸਕਦੀ ਹੈ। ਲੈ ਸਕਦੀ ਆ ਬਈ, ਕੋਈ ਐਤਕੀ ਅੰਦਾਜ਼ਾ ਲਾ ਕੇ ਚੱਲੇ ਬੰਦਾ ਦੁੱਧ ਦਾ ਬਈ? ਇੰਨੀ ਮੰਨੇ ਗਰਮੀ ਦੇ ਹਿਸਾਬ ਨਾਲ ਵੀ 17-18। ਠੀਕ ਹੈ। ਰੇਟ ਜੈਨੂਅਨ ਹੋ? ਰੇਟ ਬਿਲਕੁਲ ਜਾਇਜ਼। ਥਣਾ ਦੀ ਓਕੇ ਆ? ਥਣਾ ਦੀ ਓਕੇ, ਆਪਣੀ ਠੰਡੀ ਸੀਲ ਦੇ ਨਹੀਂ ਕੋਈ ਮੁੱਲ ਥਣਾ ਦਿੰਦਾ। ਠੀਕ ਹੈ, ਆਪਣੀ ਪਾਸ ਕਰਕੇ ਲੈਂਦੀ ਵੀ ਆ। ਮੈਂ ਕਿਹਾ ਗਰੰਟੀ ਹੋਊਗਾ ਧੋਰੀ ਬਾਹਰ ਨੂੰ। ਸਬਰ ਦੂਜੇ ਨੰਬਰ ਜਿਹੜੀ ਵੈੜ ਦੇਖਦੇ ਪਏ, ਦੂਜਾ ਸੂਆ ਸੂਨ ਨੂੰ ਹਫ਼ਤੇ ਤੋਂ 10 ਦਿਨ ਦੇ ਵਿੱਚ ਟਾਈਮ ਬਾਕੀ ਪਿਆ। 17-18 ਕਿਲੋ ਦੁੱਧ ਦੀ ਇਹਦੀ ਐਵਰੇਜ ਰਹਿ ਸਕਦੀ ਆ। ਠੀਕ ਹੈ। ਅਤੇ ਬਾਕੀ ਲੇਵਾ ਫਿੱਟ ਫਾਟ ਰੱਖੋ, ਕੰਪੈਕਟ। ਇਸ ਲੇਵੇ ਨੂੰ ਆਪਾਂ ਦੇਖ ਚੱਲੇ ਬਿਮਾਰੀ ਤੋਂ ਰਹਿਤ ਰਹਿੰਦਾ ਲੇਵਾ। ਸੋ ਮਿਲਕ ਮੇਨ ਵਗੈਰਾ ਦੇਖੋ ਸੋਹਣੀ, ਬਾਕੀ ਪਤਲੀ ਚਮੜੀ ਦੇ ਵਿੱਚ ਆ, ਕੱਦ ਵੇਲ ਚੰਗੀ ਆ। ਹਫ਼ਤੇ ਤੋਂ ਲੈ ਕੇ 10 ਦਿਨ ਦੇ ਵਿੱਚ ਸੂਨ 'ਚ ਬਾਕੀ ਟਾਈਮ ਪਿਆ, ਚੰਗੀ ਕੇਅਰ ਕਰ ਲਾਂਗੇ ਤਾਂ 17-18 ਇੰਨਾ ਕੁ ਦੁੱਧ ਪਾਉਣ ਦਾ ਬੈਠ ਦਮ ਰੱਖਦੀ ਆ। ਕਰੋਸ ਆ ਅਤੇ ਦੁੱਧ ਦੇਊਗੀ ਫੈਟ ਵਾਲਾ ਜਿੰਨਾ ਵੀ ਦੇਊਗੀ। ਅਤੇ ਅੱਗੇ ਜਿਹੜੀ ਤੀਜੇ ਨੰਬਰ 'ਤੇ ਆਪਾਂ ਸੂਈ ਸੁਆਈ ਬੈਠ ਦੇਖੀ ਜਾਂਦੇ, ਇਹ ਸੂਆ ਕਿਹੜਾ ਸੂਈ ਆ ਜੀ? ਕਿਆ ਕਦਮ ਲੈਂਦੀ ਆ ਸੂਆ? ਆਹ ਸੂਈ ਨੂੰ ਹੋ ਗਈ। ਠੀਕ ਆ, ਬੱਚਾ ਮੇਲ ਗਾ ਫਾ ਹਨਾ। ਸੂਆ ਆ ਗਿਆ ਇਹਦਾ ਦੂਜਾ ਬਾਈ। ਦੁੱਧ ਹੁਣ ਚੋਣ ਵਾਲਾ ਕਿੰਨਾ ਕੁ? ਦੁੱਧ ਬਾਈ ਹੁਣ ਚੋਣ ਵਾਲਾ 17-18 ਲੀਟਰ ਜਾਂ ਬਿਲਕੁਲ ਰੈਡੀ। 16 ਲੀਟਰ ਬਣਾ ਕੇ ਦੇਵਾਂਗੇ ਦੋ ਟਾਈਮ। ਵੀਰੇ 17-18 ਕਹਿੰਦਾ ਨਹੀਂ ਬਣਾਵਾਂਗੇ। ਠੀਕ ਹੈ। ਭਾਅ ਫਿਰ ਇਹਦਾ ਭਾਅ ਵੀ ਫੋਨ ਦੀ ਕਰੇ, ਬਾਲ ਤਾਂ ਨਹੀਂ ਗੱਲ ਹੋਊਗੀ ਜੀ? ਬਿਲਕੁਲ ਜਾਇਜ਼ ਭਾਅ ਹੋਣਗੇ, ਗਰਮੀਆਂ ਦਾ ਧੁੱਪ ਹੀ ਠੰਡੀ ਸੀਲ ਦਾ ਕੋਈ ਮੁੱਲ ਨਹੀਂ। ਠੀਕ ਹੈ। ਤੇ ਚੋਣ ਚਵਾ ਦੀ ਇੱਕ ਨੰਬਰ? ਮੈਂ ਕਿਹਾ ਧਾਰਾਂ ਇਹ ਡੰਡੇ ਵਰਗੀਆਂ ਮੋਟੀਆਂ। ਸੁਬਰ ਚੋਣ ਵਗੈਰਾ ਦੇਖੋ, ਧਾਰ ਸਾਫ਼ ਸੁਥਰਾ ਪੂਰਾ ਮੋਟਾ ਚੋਣਾ ਜਿਵੇਂ, ਕਿਆ ਬਾਤ ਆ ਹਨਾ। ਬਿਲਕੁਲ। ਠੀਕ ਹੈ, ਮਗਲ ਤਰ੍ਹਾਂ ਜੀ ਮਾਰ ਦਿਓ ਧਾਰਾ। ਸੁਬਰ ਚੋਣ ਵਗੈਰਾ ਦੇਖੋ, ਪੂਰਾ ਮੋਟਾ ਸਾਫ਼ ਸੁਥਰਾ। ਤੇ ਇਹ ਗਾੜੀ ਪਿਛਾੜੀ ਵੀਰੇ ਬਿਲਕੁਲ ਬਰਾਬਰ ਜਿਹੀ ਹੈ ਹਨਾ। ਠੀਕ ਹੈ, ਧੋਰ ਦੇ ਬਾਹਰ ਨੂੰ।
ਸੋ ਬਰੋ ਫੇਸ ਕੁਆਲਿਟੀ ਵਗੈਰਾ ਬੈਠਦੀ ਦੇਖੋ ਸਾਫ਼ ਸੁਥਰੀ ਬੱਚਾ ਲੱਗਿਆ ਆਪਣੇ ਨੂੰ ਧਾਰਾਂ ਆਪਾਂ ਮਾਰ ਕੇ ਦਿਖਾ ਦੀਆਂ ਅਤੇ ਸ਼ਾਮ ਦਾ ਟਾਈਮ ਆ ਵੀਰੇ ਚਵਾਈ ਸਾਰਿਆਂ ਦੀ ਹੋਣ ਵਾਲੀ ਆ ਠੀਕ ਹੈ ਸੋ ਲੇਵਾ ਦੇਖੋ ਪੂਰਾ ਸਾਫ਼ ਸੁਥਰਾ ਕੌਫੀ ਕਲਰ ਦੇ ਵਿੱਚ ਆ ਗਈ ਬੈਡ ਜਿੰਦ ਜਾਨ ਪ੍ਰਾਣ ਬਹੁਤ ਆ ਅਤੇ ਰਾਜ ਦੀ ਸੰਭੀ ਬੜੀ ਵੀ ਬਿਲਕੁਲ ਸਰੀਰ ਦੇ ਕੱਪੜੇ ਵਾਂਗੂ ਚਮਕਾ ਦਿੰਦੀਆਂ ਪੂਰੀਆਂ ਅਤੇ 16-17 ਲੀਟਰ ਲਗਭਗ ਵੀਰ ਦੱਸਦਾ ਪਿਆ ਕਿ ਦੁੱਧ ਰੈਡੀ ਆ ਸੂਈ ਸਵਾਈ ਆ ਦੋ ਟਾਈਮ ਚੁੱਕ ਕੇ ਤਸੱਲੀ ਕਰਕੇ ਖਰੀਦਦਾਰੀ ਅਤੇ ਬਾਈ ਜੀ ਚੌਥੇ ਨੰਬਰ ਜਿਹੜੀ ਇਹ ਸੂਈ ਵੀ ਦੇਖੀ ਜਾਂਦੇ ਆ ਇਹ ਕਿਹੜਾ ਸੂਆ ਸੂਈ ਵੀ ਕਿੰਨਾ ਕੁ ਟਾਈਮ ਦੀ ਸੂਈ ਵੀ ਹੈ ਸੂਈ ਨੂੰ ਹੱਜ ਵੀ ਚੌਥਾ ਤੇ ਪੰਜਵਾਂ ਦਿਨ ਕਿੰਨਾ ਕੁ ਦੁੱਧ ਹਾਜ਼ਰ ਹੋਊਗਾ ਦੁੱਧ ਬਾਈ ਹੁਣ 15 ਲੀਟਰ ਬਿਲਕੁਲ ਰੈਡੀ ਹੈ ਦੋ ਟਾਈਮ ਚਵਾ ਦਾਂਗੇ 14 ਨਿਬੜੂਗਾ ਪੰਜ ਟਾਈਮ ਜੋੜੇ ਯਾਰ ਕੋਈ ਦਿੱਕਤ ਨਹੀਂ ਜੈ ਜੈ ਗੱਲ ਸੋ ਵੀਰੇ ਚੋਣ ਵਗੈਰਾ ਦੇਖੋ ਧਾਰਾਂ ਸਾਫ਼ ਸੁਥਰੀਆਂ ਮੋਟੀ ਚਵਾਈ ਦੇ ਜਮਾਂ ਅਤੇ ਮੁੱਠੀ ਵਾਲਾ ਥਾਣਾ ਜਮਾਂ ਕਿਆ ਬਾਤ ਅਤੇ ਚਵਾਈ ਦੇ ਇੱਕ ਨੰਬਰ ਨਰਮਾ ਜਮਾ ਜੀ ਠੀਕ ਹੈ ਸਰ ਚਵਾਈ ਦੇਖੋ ਧਾਰਾਂ ਥੱਲੇ ਨਦੀਆਂ ਵਹਾਦੀਆਂ ਜਮਾਂ ਬੈਠਣੇ ਅਤੇ ਮਗਲ ਥਾਂ ਜੀ ਧਾਰਾਂ ਮਾਰ ਦਿਓ ਸੋ ਦੇਖੋ ਕਿਆ ਬਾਤ ਆ ਮੱਸੀ ਮੋਟਰ ਇੱਕ ਤਰ੍ਹਾਂ ਠੀਕ ਆ ਸਿੱਧੀ ਡਾਂਗ ਕਰਕੇ ਧਾਰਾ ਜਮਾਂ ਜਮਾਂ ਭਾਵੇਂ ਡੰਡਾ ਨਾ ਰਾਲਿਓ ਧਾਰ ਦੇ ਚੋਣ ਦੀ ਇੱਕ ਨੰਬਰ ਆ ਧੋਰ ਦਿਓ ਮਾੜਾ ਜਿਹਾ ਵੀ ਸੋ ਵੀਰੋ ਕੱਦ ਕਾਠ ਵਗੈਰਾ ਦੇਖੋ ਬੈਡ ਦੀ ਪੂਰੀ ਸਾਫ਼ ਸੁਥਰੀ ਪਹਿਲਾ ਸੂਆ ਪਲੂਣ ਸੂਈ ਸਵਾਈ ਚਾਰ ਦੰਦ ਪਹਿਲਾ ਸੂਆ ਅਤੇ ਬਰਫ਼ ਵਰਗੀ ਠੰਡੀਆਂ ਨਿਆਣਾ ਪਾਓ ਅਤੇ ਆਰਾਮ ਨਾਲ ਥੱਲੇ ਬੱਚਾ ਹਟ ਕੇ ਬਹਿ ਜਾਓ ਅਤੇ ਜਿੰਨੀ ਹੈਗੀ ਆ ਸਾਫ਼ ਆ ਜਾਵਾਂ ਦੁੱਧ 15-16 ਲੀਟਰ ਲਗਭਗ ਇਹ ਥੱਲੇ ਹਾਜ਼ਰ ਆ ਚਾਰ ਨਾਗ ਦਿਖਾ ਦੇ 98-763-2661 ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ